ਸਿੱਖ ਕੌਮ ਦੇ ਮਹਾਨ ਵਿਦਵਾਨ ਵਿਆਖਿਆਕਾਰ ਵਿਆਕਰਨਕਾਰ ਬਹੁਪੱਖੀ ਸ਼ਖਸੀਅਤ ਦੇ ਮਾਲਕ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਦੇ ਜਨਮ ਦਿਹਾੜੇ ਭਾਵ ਅੱਜ 16 ਫਰਵਰੀ ਦੇ ਦਿਨ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ ਪ੍ਰਬੰਧਕੀ ਕਮੇਟੀ ਅਤੇ ਸੰਗਤਾਂ ਉਸ ਨੂੰ ਚੇਤੇ ਕਰਦਿਆਂ ਮਨਾਉਂਦਿਆਂ ਸਮਾਗਮ ਵਿੱਚ ਸ਼ਾਮਲ ਨੇ। ਆਓ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਅਸਲ ਸਿੱਖਾਂ ਦੇ ਕੋਲ ਜੋ ਵਿਦਵਾਨ 20ਵੀਂ ਸਦੀ ਦੇ ਵਿੱਚ ਹੋਏ ਹਨ ਉਹਨਾਂ ਚੋਂ ਬਹੁਤਿਆਂ ਨੂੰ ਨਾ ਸਿੱਖ ਕੌਮ ਨੇ ਸਮਝਿਆ ਅਤੇ ਸੰਭਾਲਿਆ ਅਤੇ ਨਾ ਹੀ ਇਸ ਤੋਂ ਇਲਾਵਾ ਪੰਜਾਬੀ ਸਾਹਿਤ ਦੇ ਜ਼ੁਬਾਨ ਦੇ ਆਪਣੇ ਆਪ ਨੂੰ ਮਦਈ ਰਖਵਾਉਣ ਵਾਲੇ ਲੋਕਾਂ ਨੇ ਖਿਆਲ ਕੀਤਾ। ਜਿੱਥੋਂ ਤੱਕ ਤਾਂ ਪੰਜਾਬੀ ਜ਼ੁਬਾਨ ਦੇ ਮੌਜੂਦਾ ਸਮੇਂ ਜਿਹੜੇ ਆਪਣੇ ਖੁਦ ਨੂੰ ਵਾਰਸ ਆਖਦੇ ਨੇ, ਚਾਹੇ ਉਹ ਅਕੈਡਮੀਆਂ ਵਾਲੇ ਨੇ, ਸਾਹਿਤ ਸੰਸਥਾਵਾਂ ਵਾਲੇ ਨੇ, ਉਹਨਾਂ ਦਾ ਮਾਪਦੰਡ ਇੱਕ ਵੱਖਰਾ ਹੁੰਦਾ ਕਿ ਸਾਡਾ ਵਿਦਵਾਨ ਉਹ ਹੈ ਜਿਹੜਾ ਧਰਮ ਦੇ ਬਾਰੇ ਘੱਟ ਲਿਖੇ, ਖਾਸ ਤੌਰ 'ਤੇ ਸਿੱਖੀ ਬਾਰੇ ਨਾ ਹੀ ਲਿਖੇ। ਫਿਰ ਉਸਦਾ ਜਿਹੜਾ ਪਛਾਣ ਹੈ ਉਹ ਵੀ ਸਿੱਖੀ ਵਾਲੀ ਨਾ ਹੋਵੇ, ਉਸਦਾ ਰਹਿਣ ਸਹਿਣ ਅਖੌਤੀ ਜਿਹੜਾ ਅਗਾਂਹ ਵਧੂ ਭਾਵ ਉਸਦੀ ਦਿੱਖ ਸਰੂਪ ਉਹ ਵੀ ਜਿਹੜਾ ਸਿੱਖੀ ਨਾਲ ਨਾ ਜੁੜਿਆ ਹੋਵੇ, ਅਤੇ ਇੱਥੋਂ ਤੱਕ ਕਿ ਉਹਨਾਂ ਦਾ ਨਾਮ ਵੀ ਹੈ ਜਿਹੜਾ ਉਹਦੇ ਵਿੱਚੋਂ ਸਿੰਘ ਅਤੇ ਕੌਰ ਨਾ ਹੀ ਹੋਵੇ। ਇਹ ਮੈਂ ਅਨੁਭਵ ਦੇ ਆਧਾਰ 'ਤੇ ਪਿਛਲੇ 30-40 ਸਾਲਾਂ ਦੇ ਵਿੱਚ ਜੋ ਵਿਚਰਦਾ ਰਿਹਾ ਉਸ ਮੁਤਾਬਕ ਦੱਸ ਰਿਹਾ। ਅਤੇ ਸਿਰੇ ਦੇ ਚੋਟੀ ਦੇ ਸਾਹਿਤਕਾਰ ਅੱਜ ਦੇ ਉਹਨਾਂ ਦੇ ਨਾਮ ਕੱਢ ਲਓ, ਉੱਥੇ ਸਿੰਘ ਅਤੇ ਕੌਰ ਨਹੀਂ ਮਿਲਣਗੇ। ਅਤੇ ਉਹਨਾਂ ਨੂੰ ਅਕੈਡਮੀਆਂ ਦੇ ਪੁਰਸਕਾਰ ਦਿੱਤੇ ਜਾਂਦੇ ਨੇ, ਉਹ ਸਾਹਿਤ ਸਭਾਵਾਂ ਦੇ ਆਗੂ ਨੇ। ਜਿਹੜੇ ਸਿੱਖੀ ਦੇ ਵਿਦਵਾਨ ਨੇ, ਚਾਹੇ ਉਹ ਪ੍ਰੋਫੈਸਰ ਸਾਹਿਬ ਸਿੰਘ ਵਰਗੇ, ਪ੍ਰੋਫੈਸਰ ਪੂਰਨ ਸਿੰਘ ਵਰਗੇ, ਭਾਈ ਵੀਰ ਸਿੰਘ ਵਰਗੇ, ਸਰਦਾਰ ਕਪੂਰ ਸਿੰਘ ਵਰਗੇ, ਡਾਕਟਰ ਦੀਵਾਨ ਸਿੰਘ ਵਰਗੇ, ਇਹਨਾਂ ਸ਼ਖਸੀਅਤਾਂ ਦੀ ਅਸੀਂ ਵੀ ਕਦਰ ਨਹੀਂ ਪਾਈ, ਮਾਫ਼ ਕਰਨਾ, ਅਸੀਂ ਵੀ ਇਹਨਾਂ ਨੂੰ ਸਮਝਿਆ ਨਹੀਂ। ਸਾਨੂੰ ਇਹਨਾਂ ਦੇ ਦਿਨਾਂ ਨੂੰ ਸੈਮੀਨਾਰ ਦੇ ਵਿਚਾਰਾਂ ਦੇ ਚਿੰਤਨ ਦੇ ਆਧਾਰ 'ਤੇ ਮਨਾਉਣਾ ਚਾਹੀਦਾ, ਪਰ ਨਹੀਂ, ਅਸੀਂ ਵੀ ਜਾਂ ਤਾਂ ਸਾਡੀ ਸੋਚ ਸੀਮਤ ਹੈ ਅਤੇ ਜਾਂ ਫਿਰ ਅਸੀਂ ਇਹਨਾਂ ਸਾਰਿਆਂ ਨੂੰ, ਇਹਨਾਂ ਦੀ ਮਿਹਨਤ ਨੂੰ, ਇਹਨਾਂ ਦੀ ਦੇਣ ਨੂੰ ਅੱਖੋਂ ਪਰੋਖੇ ਕਰਦੇ ਹਾਂ। ਕਦੇ ਇਤਿਹਾਸ ਪੜ੍ਹੋ ਕਿ ਇਹਨਾਂ ਲੋਕਾਂ ਨੇ ਸਿੱਖੀ ਦੇ ਵਿੱਚ ਕਿਵੇਂ ਆਉਣਾ ਕੀਤਾ। ਇਹਨਾਂ ਵਿੱਚੋਂ ਕਈ ਅੱਜ ਵੀ ਪ੍ਰੋਫੈਸਰ ਭਗਤ ਪੂਰਨ ਸਿੰਘ ਜੀ ਦੀ ਗੱਲ ਕਰ ਲਓ, ਰਾਮ ਜੀ ਦਾਸ ਉਹ ਸ਼ਖਸ ਜਿਹੜਾ ਇੱਕ ਗੈਰ ਸਿੱਖ ਪਰਿਵਾਰ 'ਚ ਜਨਮਿਆ ਪਰ ਗੁਰੂ ਸਾਹਿਬ ਨਾਲ ਚੇਤਨ ਪੱਧਰ 'ਤੇ ਜੁੜਿਆ ਅਤੇ ਭਗਤ ਪੂਰਨ ਸਿੰਘ ਜੀ ਬਣੇ।
ਸੁਭਾਵਕ ਸਿੱਖ ਪਰਿਵਾਰ 'ਚ ਜਨਮ ਹੋ ਜਾਣਾ ਇਹ ਤਾਂ ਰੱਬ ਦੀ ਰਹਿਮਤ ਹੈ, ਪਰ ਇਹ ਸਾਡੀ ਕੋਈ ਪ੍ਰਾਪਤੀ ਨਹੀਂ ਹੈ। ਸਾਡੀ ਪ੍ਰਾਪਤੀ ਤਾਂ ਉਦੋਂ ਹੈ ਜਦੋਂ ਸਿੱਖ ਅਸੂਲਾਂ ਨੂੰ ਧਾਰਨ ਕੀਤਾ ਅਤੇ ਸਿੱਖ ਸਿਧਾਂਤਾਂ ਨੂੰ ਅਪਣਾਇਆ। ਸਤਿਗੁਰ ਕੇ ਜਨਮੇ ਗਮਨ ਮਿਟਾਇਆ। ਜੀਵਨ ਦਾ ਪਰਿਵਰਤਨ ਕਿਵੇਂ ਹੁੰਦਾ ਹੈ? ਅੱਜ ਜਦੋਂ ਡਾਕਟਰ ਸਾਹਿਬ ਸਿੰਘ ਜੀ ਬਾਰੇ ਗੱਲ ਕਰ ਰਹੀ ਹਾਂ ਤਾਂ ਉਸ ਦੇ ਇਤਿਹਾਸ ਅਤੇ ਇਤਿਹਾਸ ਦੇ ਨਾਲ ਨਾਲ ਪ੍ਰੋਫੈਸਰ ਸਾਹਿਬ ਦੀ ਦੇਣ ਬਾਰੇ ਜ਼ਰੂਰ ਗੱਲ ਕਰੀਏ। ਪਹਿਲਾਂ ਤਾਂ ਮੈਂ ਉਹ ਪੰਜਾਬੀ ਸਾਹਿਤ ਵਾਲਿਆਂ ਨੂੰ ਵੀ ਇੱਕ ਸਵਾਲ ਕਰਦਾ ਕਿ ਐਡੇ ਵੱਡੇ ਵਿਦਵਾਨ ਦਾ ਦਿਨ ਨਾ ਮਨਾਉਣਾ ਅਫਸੋਸ ਹੈ, ਜ਼ੁਬਾਨ ਦੇ ਦਾਅਵੇਦਾਰ। ਅੱਜ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਇੱਥੋਂ ਦੇ ਮੈਨੂੰ ਲੱਗਦਾ ਲੋਅਰ ਮੇਨਲੈਂਡ ਹੀ ਨਹੀਂ ਕੈਨੇਡਾ ਦੇ ਵਿੱਚ ਇਹ ਗੁਰਦੁਆਰਾ ਹੋਏਗਾ ਕਿ ਅੱਜ ਡਾਕਟਰ ਸਾਹਿਬ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ। ਪਿਛਲੇ ਦਿਨੀਂ ਮਹਾਨ ਸਿੱਖ ਭਾਈ ਮਰਦਾਨਾ ਜੀ ਦਾ ਆਗਮਨ ਪੁਰਬ ਮਨਾਇਆ। ਇਹ ਦਿਨ ਸਾਨੂੰ ਮਨਾਉਣੇ ਚਾਹੀਦੇ ਨੇ। ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਦਾ ਜਨਮ ਸਾਂਝੇ ਪੰਜਾਬ ਦੇ ਵਿੱਚ, ਮੈਂ ਉਸਨੂੰ ਇਹ ਨਹੀਂ ਕਹਾਂਗਾ ਕਿ ਪਾਕਿਸਤਾਨੀ ਪੰਜਾਬ, ਭਾਰਤੀ ਪੰਜਾਬ, ਪੰਜਾਬ ਇੱਕ ਦੇਸ਼ ਸੀ, ਸਾਂਝਾ ਪੰਜਾਬ ਅਣਵੰਡਿਆ, ਅਤੇ ਉਸ ਦੇ ਵਿੱਚ ਸਿਆਲਕੋਟ ਦੇ ਵਿੱਚ ਫਤਿਹ ਵਾਲ ਜਿਹੜਾ ਇੱਕ ਪਿੰਡ ਸੀ ਉੱਥੇ ਇਹਨਾਂ ਦਾ ਜਨਮ ਹੋਇਆ। ਮਾਤਾ ਨਿਹਾਲ ਦੇਵੀ ਦੀ ਕੁੱਖੋਂ ਭਾਈ ਹੀਰਾ ਚੰਦ ਜੀ ਦੇ ਗ੍ਰਹਿ ਵਿਖੇ 16 ਫਰਵਰੀ 1892 ਨੂੰ ਇਹਨਾਂ ਦਾ ਜਨਮ ਹੋਇਆ। ਬਚਪਨ ਦੇ ਵਿੱਚ ਹੀ ਇਹਨਾਂ ਦੀ ਲਗਨ ਵਿੱਦਿਆ ਦੀ ਬੜੀ ਸੀ। ਇੱਕ ਜਿਹੜਾ ਪਰਿਵਾਰ ਸੀ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ, ਪਰ ਪੜ੍ਹਨ ਦੇ ਵਿੱਚ ਸ਼ੌਕ ਸੀ ਜਿਸ ਦੇ ਕਾਰਨ ਇਹਨਾਂ ਨੂੰ ਉਸ ਵੇਲੇ ਜਿਹੜਾ ਨਾਮ ਸੀ, ਮੈਂ ਨਾਮ ਵੀ ਦੱਸ ਦਿਆਂ, ਨਾਮ ਸੀ ਨੱਥੂ ਰਾਮ ਜੀ। ਅਤੇ ਘਰ ਦੇ ਵਿੱਚ ਮਾਹੌਲ ਬਣਿਆ ਕਿ ਭਾਈ ਪੜ੍ਹਾਈ ਕਰਨੀ ਹੈ, ਸੰਸਕ੍ਰਿਤ ਸਿੱਖੀ, ਉਸ ਵੇਲੇ ਹੋਰ ਭਾਸ਼ਾਵਾਂ ਗੁਰਮੁਖੀ ਸਿੱਖੀ। ਪੰਜਾਬੀ ਦੇ ਇੱਕ ਮਹਾਨ ਸ਼ਾਇਰ ਹੋਏ ਨੇ ਹਾਸ਼ਮ ਕਵੀ ਹਾਸ਼ਮ ਸ਼ਾਹ, ਉਹਨਾਂ ਦਾ ਫਰਜ਼ੰਦ ਜਿਹੜਾ ਉਸ ਵੇਲੇ ਮੌਲਵੀ ਸੀ, ਉਸ ਤੋਂ ਇਹਨਾਂ ਨੇ ਉਰਦੂ ਫਾਰਸੀ ਦੀ ਸਿੱਖਿਆ ਵੀ ਲਈ। ਸੋ ਜਦੋਂ ਛੋਟੀ ਉਮਰੇ ਬਹੁਤ ਪੜ੍ਹਾਈ ਕੀਤੀ ਅਤੇ ਪ੍ਰਾਇਮਰੀ ਸਕੂਲ ਦੀ ਸਿੱਖਿਆ ਤੋਂ ਬਾਅਦ ਮਿਡਲ ਸਕੂਲ ਦੇ ਵਾਸਤੇ ਜਿਸ ਢੰਗ ਦੇ ਨਾਲ ਪੜ੍ਹਾਈ ਕੀਤੀ, ਇਹਨਾਂ ਨੂੰ ਉਸ ਵੇਲੇ ਸਕਾਲਰਸ਼ਿਪ ਵੀ ਮਿਲੀ, ਬਹੁਤ ਲਾਇਕ ਸਨ। ਪੜ੍ਹਾਈ ਦੇ ਵਿੱਚ ਇਹਨਾਂ ਦੇ ਅੰਦਰ ਜਿਹੜੀ ਤਾਂਘ ਸੀ, ਉਹ ਇੱਕ ਐਸੀ ਇੱਛਾ ਸੀ ਕਿ ਮੈਂ ਵੱਧ ਤੋਂ ਵੱਧ ਗਿਆਨ ਹਾਸਲ ਕਰਾਂ। ਅਤੇ ਇਹ ਮੌਕਾ ਜਿਹੜਾ ਉਹਨਾਂ ਨੂੰ ਮਿਲਿਆ, ਅੱਗੇ ਜਾ ਕੇ ਉਸ ਨੇ ਉਹਨਾਂ ਨੂੰ ਖਾਲਸਾ ਕਾਲਜ ਦੇ ਵਿੱਚ ਬਤੌਰ ਅਧਿਆਪਕ ਵੀ ਮੌਕਾ ਦਵਾਇਆ। ਉਸ ਵੇਲੇ ਖਾਲਸਾ ਕਾਲਜ ਅੰਮ੍ਰਿਤਸਰ ਦਾ ਨਾਂ ਹੀ ਹੁੰਦਾ ਸੀ, ਬਾਅਦ 'ਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਜਾਂ ਹੋਰ ਸੰਸਥਾਵਾਂ ਬਣੀਆਂ। ਸੋ ਪਹਿਲਾਂ ਸਕੂਲ ਅਧਿਆਪਨ ਦਾ ਖੇਤਰ, ਫਿਰ ਉਸ ਤੋਂ ਬਾਅਦ ਇਹਨਾਂ ਨੂੰ ਸਤੰਬਰ 1906 ਨੂੰ ਇੱਕ ਐਸੀ ਜੀਵਨ ਦੇ ਵਿੱਚ ਤਬਦੀਲੀ ਦੀ ਘਟਨਾ ਆਈ ਜਿਸ ਦਾ ਪਿਛੋਕੜ ਪਹਿਲਾਂ ਸ਼ੁਰੂ ਹੋ ਚੁੱਕਿਆ ਸੀ। ਜਦੋਂ ਸੰਸਕ੍ਰਿਤ ਪੜ੍ਹਦਿਆਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਕੀਤਾ ਅਤੇ ਇਹਨਾਂ ਦੇ ਮਨ ਦੇ ਵਿੱਚ ਆਇਆ ਕਿ ਜਿਹੜੇ ਇੰਨੇ ਡੂੰਘੇ ਅਰਥ ਨੇ, ਵਿਚਾਰ ਅਧੀਨ ਨੇ, ਇਹਨਾਂ ਨੂੰ ਮੈਂ ਗਹਿਰਾਈ ਨਾਲ ਸੋਚਾਂ। ਇੱਕ ਸ਼ਬਦ ਵੀ ਕਈ ਵਾਰ ਵੱਖੋ ਵੱਖਰੇ ਰੂਪ 'ਚ ਆ ਰਿਹਾ, ਇਹਦਾ ਕਾਰਨ ਕੀ ਹੈ? ਇਸ ਨੂੰ ਗੁਰੂ ਸਾਹਿਬ ਨੇ ਕਿਉਂ ਬਿਆਨ ਕੀਤਾ? ਥੋੜ੍ਹੇ ਫਰਕ ਦੇ ਨਾਲ ਫਿਰ ਆਉਂਦਾ, ਫਿਰ ਉਹਨਾਂ ਦੇ ਜਦੋਂ ਭਾਵ ਅਰਥ ਅੰਤਰੀ ਭਾਵ ਦੇਖਿਆ ਤਾਂ ਮਨ ਦੇ ਵਿੱਚ ਝਰਨਾਹਟ ਛਿੜ ਗਈ। ਖਿਆਲ ਆਇਆ ਕਿ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ
ਸਿਹਤ ਦੇ ਨਾਲ ਆਪਣਾ ਜੀਵਨ ਬਦਲਣਾ ਚਾਹੀਦਾ ਹੈ। 1906 ਦੇ ਵਿੱਚ ਭਾਈ ਨੱਥੂ ਰਾਮ ਅੰਮ੍ਰਿਤ ਛਕ ਕੇ ਸਾਹਿਬ ਸਿੰਘ ਬਣੇ। ਇਹ ਜੀਵਨ ਦੀ ਉਹਨਾਂ ਦੀ ਤਬਦੀਲੀ ਸੀ। ਬਸ ਉਸ ਤੋਂ ਬਾਅਦ ਇਹ ਸਾਰਾ ਜੀਵਨ ਜਿਵੇਂ ਉਹਨਾਂ ਨੇ ਸਮਰਪਿਤ ਕੀਤਾ, ਉਹ ਇੱਕ ਮਿਸਾਲ ਹੈ। 1909 ਦੇ ਵਿੱਚ ਪੜ੍ਹਾਈ ਹਾਈ ਸਕੂਲ ਦੀ ਪੂਰੀ ਕਰਨ ਤੋਂ ਬਾਅਦ ਉਹਨਾਂ ਨੇ ਕੁਝ ਨੌਕਰੀ ਕੀਤੀ, ਮਿਡਲ ਸਕੂਲ ਦੇ ਵਿੱਚ ਅਧਿਆਪਨ ਕੀਤਾ। 1915 ਦੇ ਵਿੱਚ ਉਸ ਸਮੇਂ ਪੜ੍ਹਾਈ ਦਾ ਪੱਧਰ ਦੇਖੋ, ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੜ੍ਹਾਈ ਲਿਖਾਈ ਅਨਪੜ੍ਹਤਾ ਬਹੁਤ ਸੀ, ਬਹੁਤ ਘੱਟ ਪੜ੍ਹਾਈ ਸੀ। ਦੇਖੋ ਮਹਾਰਾਜਾ ਰਣਜੀਤ ਸਿੰਘ ਵੇਲੇ ਲਿਟਰੇਸੀ ਦੀ ਦਰ 100% ਸੀ, ਪਰ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਦੇਸ਼ ਨੂੰ ਕਾਬੂ ਕੀਤਾ ਅਤੇ ਜ਼ਬਾਨ ਪੰਜਾਬੀ ਸਭ ਤੋਂ ਪਿੱਛੇ ਹੋ ਗਈ। ਸ਼ੇਰੇ ਪੰਜਾਬ ਵੇਲੇ ਪੰਜਾਬ ਦਾ ਜਿਹੜਾ ਪਰ ਕੈਪਟਾ ਇਨਕਮ ਸੀ, ਜੇਕਰ ਉਹ ਦੇਖੋ ਤਾਂ ਇੰਗਲੈਂਡ ਦਾ ਪੌਂਡ 1 ਰੁਪਈਏ ਦੇ 13 ਪੌਂਡ ਬਣਦੇ ਸਨ ਉਸ ਵੇਲੇ। ਅੱਜ ਦੀ ਜੇਕਰ ਤੁਸੀਂ ਗੂਗਲ 'ਤੇ ਸਰਚ ਕਰੋ ਕਿ 1 ਰੁਪਈਆ ਸਨ 1801 ਤੋਂ 39 ਤੱਕ ਪੰਜਾਬ ਦੀ ਕਰੰਸੀ, ਜਿਹੜੀ ਕਿ ਖਾਲਸਾ ਰਾਜ ਦੀ ਸੀ। ਕਈ ਵਾਰ ਕਹਿ ਦਿੰਦੇ ਨਾ ਖਾਲਸਾ ਰਾਜ ਦੀਆਂ ਬਰਕਤਾਂ ਕੀ ਨੇ, ਇੱਕ ਵੱਖਰਾ ਵਿਸ਼ਾ। ਪਰ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਕਾਇਦੇ ਖੋਏ, ਜਿਨ੍ਹਾਂ ਨੂੰ ਕਾਇਦੇ ਵੰਡੇ ਜਾਂਦੇ ਸਨ ਉਹ ਕਾਇਦੇ ਉਸ ਮਹਾਰਾਜਾ ਰਣਜੀਤ ਸਿੰਘ ਵੇਲੇ ਕਿਹਾ ਜਾਂਦਾ ਸੀ ਕਿ ਜਿਹੜੇ ਅਹਿਲਕਾਰ ਨੇ ਇਲਾਕੇ ਦੇ ਨੇ, ਤੁਹਾਨੂੰ 5-5 ਪੈਸੇ 1-1 ਕਾਇਦੇ ਦੇ ਦਿੱਤੇ ਜਾਣਗੇ। ਜੇ ਕੋਈ 5 ਨੂੰ ਦੇਵੇਗਾ ਉਹਨੂੰ ਅੱਗੇ, ਉਹ 5 ਨੂੰ ਦੇਣਗੇ ਉਹਨਾਂ ਨੂੰ। ਕਰਦੇ ਕਰਾਉਂਦੇ ਸਾਰਿਆਂ ਨੂੰ ਦਿੱਤੇ, ਕਿ ਅੰਗਰੇਜ਼ਾਂ ਨੇ ਉਹ ਸਾਰੀ, ਸਭ ਤੋਂ ਪਹਿਲਾਂ ਕਿਸੇ ਨੂੰ ਮਾਰਨਾ ਹੋਵੇ ਨਾ ਉਹਦੀ ਜ਼ਬਾਨ ਮਾਰੋ, ਉਹਦੀ ਬੋਲੀ ਮਾਰੋ। ਇਹ ਨਸਲ ਕੁਸ਼ੀ ਹੈ। ਅਸੀਂ ਨਸਲਾਂ ਦੀ ਕੁਸ਼ੀ ਦੇ ਹੋਰ ਰੂਪ ਵੀ ਦੇਖਦੇ ਹਾਂ। ਹਕੂਮਤਾਂ ਕਰਦੀਆਂ ਨੇ, ਕਹਿਰ ਕਰਦੀਆਂ ਨੇ, ਪਰ ਜ਼ਬਾਨ ਵੀ ਇੱਥੇ ਜਿੱਥੇ ਬੈਠੇ ਹਾਂ, ਇੰਡੀਜਨਸ ਲੋਕਾਂ ਦੀ ਧਰਤੀ ਹੈ, ਮੂਲ ਵਾਸੀਆਂ ਦੀ, ਇਹਨਾਂ ਦੀ ਜ਼ਬਾਨ ਖੋਈ ਗਈ। ਕੈਨੇਡੀਅਨ ਬੋਰਨ ਬੱਚੇ, ਹੁਣ ਅਸੀਂ ਵੀ ਇਸ ਗੱਲ ਨੂੰ ਸਮਝਿਆ ਕਰੀਏ, ਜਦੋਂ ਆਪਣੀਆਂ ਨਸਲ ਕੁਸ਼ੀਆਂ ਦੀ ਗੱਲ ਕਰਦੇ ਹਾਂ, ਇਸ ਧਰਤੀ ਦੇ ਲੋਕਾਂ ਦੀ ਜੈਨੋਸਾਈਡ ਦੀ ਵੀ ਗੱਲ ਕਰੀਏ। ਇਹ ਜਿਹੜਾ ਸੂਬਾ, ਇਹਦਾ ਨਾਂ ਬ੍ਰਿਟਿਸ਼ ਰੱਖ ਦਿੱਤਾ ਗਿਆ, ਜਦੋਂ ਬ੍ਰਿਟਿਸ਼ ਧੱਕੇ ਨਾਲ ਕਾਬਜ਼ ਹੋਏ, ਅਤੇ ਇੱਥੋਂ ਦੇ ਲੋਕ ਸਨ ਸੈਲਿਸ਼, ਉਹਨਾਂ ਦੇ ਵੱਖ ਵੱਖ ਬੈਨ ਅੱਜ ਵੀ ਦੇਖੋ ਇੰਡੀਜਨਸ ਭਾਈਚਾਰੇ ਦੇ। ਇਹ ਜਿਹੜੀ ਧਰਤੀ ਹੈ, ਕਵਿੰਟਲ ਦੀ ਧਰਤੀ ਹੈ, ਸੁਮਸ ਦੀ ਧਰਤੀ ਹੈ, ਇਹਨਾਂ ਸਾਰੀਆਂ ਧਰਤੀਆਂ ਦੇ ਉੱਪਰ ਕਬਜ਼ਾ ਕੀਤਾ, ਪਹਿਲਾਂ ਜ਼ਬਾਨ ਮਾਰੀ, ਜ਼ਬਾਨ ਮਾਰਨ ਤੋਂ ਬਾਅਦ ਉਹਨਾਂ ਦਾ DNA ਬਦਲ ਦਿੱਤਾ, ਉਹਨਾਂ ਦੇ ਕੇਸ ਲੰਮੇ ਸਨ, ਸਰੂਪ ਬਦਲ ਦਿੱਤੇ, ਅਤੇ ਜ਼ਬਾਨ ਦਾ ਕਤਲ ਕਰਨਾ ਹੀ ਇਹ ਇੱਥੋਂ ਦੀ ਇਹ ਹਕੂਮਤ ਦਾ ਇੱਕ ਮਨਸ਼ਾ ਸੀ ਜਿਹੜਾ ਪੂਰਾ ਹੋਇਆ। ਇਸ ਬ੍ਰਿਟਿਸ਼ ਦੇ ਲਫ਼ਜ਼ 'ਤੇ ਅੱਜ ਵੀ ਇੱਕ ਮੂਵਮੈਂਟ ਚੱਲ ਰਹੀ ਹੈ ਕਿ ਨਾਂ ਬਦਲਿਆ ਜਾਏ, ਅਤੇ ਹੋ ਸਕਦਾ ਸਾਡੇ ਸਮਿਆਂ 'ਚ, ਹੋ ਸਕਦਾ ਅਗਲੀ ਜਨਰੇਸ਼ਨ ਬਾਅਦ ਇਹ ਨਾਂ ਬ੍ਰਿਟਿਸ਼ ਕੋਲੰਬੀਆ ਨਾ ਹੋਵੇ, ਸੈਲਿਸ਼ ਕੋਲੰਬੀਆ ਜਾਂ ਕੁਝ ਹੋਰ ਹੋਵੇ, ਕਿਉਂਕਿ ਉਹਨਾਂ ਦੀ ਜ਼ਬਾਨ ਸੀ। ਹੁਣ ਜਾਗਰੂਕ ਹੋ ਰਹੇ ਨੇ, ਇਸੇ ਕਾਰਨ ਅਸੀਂ ਆਪਣੀ ਜ਼ਬਾਨ ਨਾ ਭੁੱਲੀਏ। ਗੁਰੂ ਗ੍ਰੰਥ ਸਾਹਿਬ ਗੁਰਮੁਖੀ ਦੇ ਵਿੱਚ ਹੈ, ਭਾਈ ਸਾਹਿਬ ਸਿੰਘ ਜੀ ਨੇ ਅਰਥ ਕੀਤੇ ਨੇ, ਜਿਸਦਾ ਅਸੀਂ ਕੋਟਾਨ ਕੋਟ ਸ਼ੁਕਰਾਨਾ ਕਰੀਏ। ਅਸੀਂ ਗੁਰਮੁਖੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪੜ੍ਹਨ ਦੇ ਵਾਸਤੇ ਪਹਿਲਾਂ ਆਪਣੀ ਜ਼ਬਾਨ ਸਿੱਖੀਏ, ਬੱਚਿਆਂ ਨੂੰ ਗੁਰਮੁਖੀ ਸਿਖਾਈਏ, ਆਪ ਸਿੱਖੀਏ, ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਜ਼ਰੂਰ ਕਰੀਏ। ਮੌਤ ਆ ਗਈ, ਕਿਸੇ ਨੇ ਨਿਮਿਤ ਪਾਠ ਰੱਖ ਲਿਆ, ਅਰਦਾਸ ਕਰਤੀ, ਫਲ ਦੇ ਦਿਓ, ਇਉਂ ਵੀ ਫਲ ਮਿਲਦਾ। ਜਿਉਂਦੇ ਜੀ ਕਦੇ ਗੁਰੂ ਦੀ ਬੁੱਕਲ 'ਚ ਨਹੀਂ ਬੈਠੇ, ਅਤੇ ਮਰਨ ਤੋਂ ਬਾਅਦ ਜੀ ਹੁਣ ਸਾਰਾ ਘੋਲ ਕੇ ਦੇ ਦਿਓ ਸਾਨੂੰ।
ਕਿਉਂ ਬਈ ਤੈਨੂੰ ਪਤਾ ਨਹੀਂ ਸੀ ਕਿ ਤੇਰੀ ਜ਼ਿੰਦਗੀ 'ਚ ਤੇਰੀ ਬੋਲੀ ਤੇਰੀ ਜ਼ੁਬਾਨ 'ਚ ਬਖਸ਼ਿਸ਼ ਹੋਈ ਹੈ? ਔਖਾ ਸੀ ਜੀ, ਆਹ ਪ੍ਰੋਫੈਸਰ ਸਾਹਿਬ ਸਿੰਘ ਵਰਗਿਆਂ ਨੇ ਸਾਨੂੰ ਇੰਨਾ ਸੁਖਾਲਾ ਕਰਕੇ ਦਿੱਤਾ ਕਿ ਤੂੰ ਬੈਠ ਤਾਂ ਸਹੀ, ਇੱਕ ਇੱਕ ਅਰਥ ਵਿਚਾਰ, ਭਾਵ ਵਿਚਾਰ, ਜ਼ਿੰਦਗੀ ਲਾ ਦਿੱਤੀ ਉਹ ਸ਼ਖਸ ਨੇ। ਸੰਨ 1915 ਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਸੇਵਾ ਸ਼ੁਰੂ ਕੀਤੀ ਲੈਕਚਰਾਰ ਦੀ, 20 ਸਾਲ ਤੱਕ ਪੜ੍ਹਾਇਆ। ਉਸ ਵੇਲੇ ਜਦੋਂ ਸਮਾਂ ਆਇਆ ਅਤੇ ਬਾਅਦ ਦੇ ਵਿੱਚ ਉਸ ਵੇਲੇ ਸ਼੍ਰੋਮਣੀ ਕਮੇਟੀ ਬਣ ਗਈ ਸੀ, ਉੱਥੇ ਸੇਵਾ ਨਿਭਾਈ, ਮੋਰਚਿਆਂ ਦੇ ਵਿੱਚ ਵੀ ਜ਼ਿਲ੍ਹਾ ਕੱਟੀਆਂ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ। 1922 ਦੇ ਵਿੱਚ ਗੁਰੂ ਕੇ ਬਾਗ ਦਾ ਮੋਰਚਾ, 1923 ਦੇ ਵਿੱਚ ਉਸ ਤੋਂ ਉਪਰੰਤ ਜਿਹੜਾ ਸਿਲਸਿਲਾ ਚੱਲਿਆ, ਗ੍ਰਿਫਤਾਰੀਆਂ ਦਿੱਤੀਆਂ। ਸੰਨ 1939 ਦੇ ਵਿੱਚ ਖਾਲਸਾ ਕਾਲਜ ਗੁਜਰਾਂਵਾਲਾ, ਉੱਥੇ ਅਧਿਆਪਨ ਕੰਮ ਸ਼ੁਰੂ ਕੀਤਾ ਅਤੇ ਫਿਰ ਜਾ ਕੇ ਰਿਟਾਇਰਮੈਂਟ ਤੋਂ ਬਾਅਦ ਆਪਣੇ ਖਾਲਸਾ ਕਾਲਜ ਵਿਖੇ ਆਨਰੇਰੀ ਸੇਵਾਵਾਂ ਅਧਿਆਪਨ ਦੀਆਂ ਸ਼ੁਰੂ ਕੀਤੀਆਂ। ਉਸ ਤੋਂ ਬਾਅਦ 1952 ਤੋਂ ਅੱਗੇ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਪ੍ਰਿੰਸੀਪਲ ਨਿਯੁਕਤ ਹੋਏ, ਗੁਰਮਤਿ ਕਾਲਜ ਪਟਿਆਲਾ ਵਿਖੇ ਸੇਵਾ ਕੀਤੀ। ਇਹ ਸਾਰੀਆਂ ਸੇਵਾਵਾਂ ਉਹਨਾਂ ਦੀਆਂ ਚੱਲਦੀਆਂ ਰਹੀਆਂ ਅਤੇ ਜੀਵਨ ਦੇ ਵਿੱਚ ਇਹ ਉਹਨਾਂ ਨੂੰ ਡੀਲੈਟ ਦੀ ਜਿਹੜੀ ਡਾਕਟਰੇਟ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 1971 ਦੇ ਵਿੱਚ ਆਨਰੇਰੀ ਡਿਗਰੀ ਦੇ ਕੇ ਸਨਮਾਨਿਤ ਕੀਤਾ। ਹੁਣ ਮੈਂ ਉਸ ਗੱਲ 'ਤੇ ਆਉਣਾ ਜਿਹੜੀ ਸਾਡੇ 'ਤੇ ਬਖਸ਼ਿਸ਼ ਗੁਰੂ ਦੀ, ਜਿਸ ਨੂੰ ਭਾਈ ਸਾਹਿਬ ਸਿੰਘ ਹੋਰਾਂ ਨੇ ਇੱਕ ਬਹੁਤ ਵੱਡੀ ਦੇਣ ਦੇ ਰੂਪ 'ਚ ਦਿੱਤਾ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਰ ਵਾਰ ਅਧਿਐਨ ਕਰਨਾ, ਪੜ੍ਹਨਾ, ਅਤੇ ਫਿਰ ਮਨ ਦੇ ਵਿੱਚ ਆਉਣਾ ਕਿ ਮੈਂ ਅਰਥਾਂ ਦੇ ਵਖਿਆਨ ਜ਼ਰੂਰ ਕਰਾਂ। ਸੰਨ 1957 'ਚ 1 ਜਨਵਰੀ ਨੂੰ ਗੁਰੂ ਗ੍ਰੰਥ ਸਾਹਿਬ ਸਟੀਕ ਦਰਪਣ ਲਿਖਣਾ ਆਰੰਭ ਕੀਤਾ ਅਤੇ ਆਰੰਭ ਕਰਕੇ ਵਰ੍ਹਿਆਂ ਵਧੀ ਮਿਹਨਤ ਕੀਤੀ। ਐਡੀ ਲੰਮੀ ਮਿਹਨਤ, ਐਡੀ ਘਾਲਣਾ, ਉਸ ਨੂੰ ਬਿਆਨ ਕਰਨ ਲਈ ਇੱਕ ਵੱਖਰਾ ਸਮਾਂ ਚਾਹੀਦਾ ਹੈ। ਦਿਨ ਰਾਤ ਸਿਹਤ ਪੱਖੋਂ ਨਾਸਾਜ਼ ਹੋਣਾ, ਪਰਿਵਾਰ ਪੱਖੋਂ ਬਿਲਕੁਲ ਇਕਲਾਪਾ, ਪਰ ਲੱਗੇ ਰਹੇ। ਧੰਨ ਹੈ ਉਹ ਮਹਾਨ ਲਿਖਾਰੀ ਜਿਸਨੇ ਜੀਵਨ ਹੀ ਅਰਪਣ ਕਰ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰਕੇ, ਵਿਆਖਿਆ ਕਰਕੇ ਸੇਵਕਾਂ ਨੂੰ, ਸਿੱਖਾਂ ਨੂੰ, ਗੁਰਸਿੱਖਾਂ ਨੂੰ ਸੇਵਾ ਕਰਨੀ ਹੈ। ਦੇਖੋ ਜਦੋਂ ਸੰਪੂਰਨ ਹੋ ਗਿਆ, ਉਸ ਵੇਲੇ ਦੀ ਘਟਨਾ ਸੁਣੋ। ਜਦੋਂ ਪੂਰਾ ਹੋ ਗਿਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਕੋਲੇ ਗਏ ਕਿ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਸਟੀਕ ਹੈ। ਧੜਿਆਂ ਨਾਲ ਜੁੜੇ ਸ਼੍ਰੋਮਣੀ ਕਮੇਟੀ 'ਚ ਬੈਠੇ ਬੰਦਿਆਂ, ਪ੍ਰਸ਼ਾਸਨਿਕਾਂ, ਪ੍ਰਬੰਧਕਾਂ ਨੇ ਕਿਹਾ ਇਹਦਾ ਜੀ ਖਰਚਾ ਕਿੰਨਾ? ਇਹ ਜੀ ਤੁਸੀਂ ਸਾਂਭੋ, ਮੈਂ ਕੋਈ ਸੇਵਾ ਨਹੀਂ ਲੈਣੀ, ਤੁਸੀਂ ਪ੍ਰਕਾਸ਼ਤ ਕਰੋ। ਅੱਛਾ, ਇਹ ਦਰਪਣ ਜਦੋਂ ਪ੍ਰਕਾਸ਼ਤ ਕਰਾਂਗੇ ਫਿਰ ਤਾਂ ਸਾਨੂੰ ਬਹੁਤ ਮਿਹਨਤ ਕਰਨੀ ਪੈਣੀ ਹੈ। ਭਾਈ ਸਾਹਿਬ ਸਿੰਘ ਜੀ, ਅਸੀਂ ਇਹ ਨਹੀਂ ਕਰ ਸਕਦੇ। ਸ਼੍ਰੋਮਣੀ ਕਮੇਟੀ ਨੇ ਪ੍ਰਕਾਸ਼ਤ ਕਰਨ ਤੋਂ ਜਵਾਬ ਦੇ ਦਿੱਤਾ। ਅੱਜ ਇਸ ਦੇ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਜਨਤਕ ਤੌਰ 'ਤੇ ਖਿਮਾ ਜਾਚਨਾ ਕਰਨੀ ਚਾਹੀਦੀ ਹੈ। ਕੀ ਹੋਇਆ ਜਲੰਧਰ? ਮੈਂ ਵੀ ਸੈਂਟਰ ਟਾਊਨ ਕੁਝ ਸਮਾਂ ਜਦੋਂ ਅਸੀਂ ਪੜ੍ਹਦੇ ਸਾਰੇ, ਸੈਂਟਰ ਟਾਊਨ ਦੀਵਾਨ ਸਥਾਨ ਗੁਰਦੁਆਰਾ, ਉਹਦੇ ਸਾਹਮਣੇ ਇੱਕ ਰਾਜ ਪ੍ਰਿੰਟਿੰਗ ਪ੍ਰੈਸ ਹੈ, ਉਹਨਾਂ ਦੇ ਬਜ਼ੁਰਗ ਸੋਹਨ ਲਾਲ ਜੀ, ਮੈਨੂੰ ਵੀ ਮੌਕਾ ਮਿਲਿਆ, ਸਾਡੇ ਪਿਤਾ ਜੀ ਕਹਿੰਦੇ ਹਰਪਾਲ ਸਿੰਘ ਜੀ, ਇੱਕ ਦਿਨ ਉਹਨਾਂ ਨੇ ਸੱਦਿਆ, ਕਹਿੰਦੇ ਸੋਹਨ ਲਾਲ ਜੀ ਵਿਚਾਰਾਂ ਕਰਦੇ ਹਾਂ, ਕਹਿੰਦੇ ਤੁਹਾਨੂੰ ਅਸੀਂ ਦੱਸਦੇ ਹਾਂ ਸੋਹਨ ਲਾਲ ਜੀ, ਕਹਿੰਦੇ ਇੱਕ ਘਟਨਾ, ਕਹਿੰਦੇ ਪ੍ਰੋਫੈਸਰ ਸਾਹਿਬ ਸਿੰਘ ਮੇਰੇ ਕੋਲ ਆਏ ਬੈਠੇ, ਕਹਿੰਦੇ ਮੈਂ ਇੰਨੀ ਮਿਹਨਤ ਕਰ ਲਈ, ਪੂਰੀ ਜ਼ਿੰਦਗੀ ਲਾ ਦਿੱਤੀ, ਇਹਨੂੰ ਪ੍ਰਕਾਸ਼ਤ ਕਰਨ ਵਾਸਤੇ ਕੋਈ ਪ੍ਰਕਾਸ਼ਕ ਨਹੀਂ ਆ ਰਿਹਾ, ਖਾਸ ਤੌਰ 'ਤੇ ਸਾਡੀ ਸੰਸਥਾ। ਉਹ ਕਹਿੰਦੇ ਜੀ ਵੀ ਇਉਂ ਆ, ਦੇਖੀ ਜਾਓ ਵੀ ਮੈਂ ਇਹ ਸੇਵਾ ਲੈਂਦਾ। ਸੋਹਣ ਲਾਲ
ਉਸ ਵਿਅਕਤੀ ਨੇ ਆਪਣਾ ਸਾਰਾ ਪੂੰਜੀ ਲਾ ਕੇ ਗੁਰੂ ਗ੍ਰੰਥ ਸਾਹਿਬ ਸਟੀਕ ਪ੍ਰਕਾਸ਼ਿਤ ਕਰਨੇ ਸ਼ੁਰੂ ਕੀਤੇ। ਜਦੋਂ ਇੱਕ ਵਾਰ ਪ੍ਰਕਾਸ਼ਿਤ ਹੋਏ, ਉਸ ਤੋਂ ਬਾਅਦ ਉਤਸ਼ਾਹ ਪੈਦਾ ਹੋਇਆ, ਫਿਰ ਉਹਨਾਂ ਨੇ ਬਕਾਇਦਾ ਬਹਿਨਾ ਬਣਾ ਲਈਆਂ। ਉਹ ਦਰਪਣ ਦਾ ਸਰੂਪ ਅੱਜ ਵੀ ਸਾਡੇ ਬਹੁਤਿਆਂ 'ਚ ਘਰਾਂ 'ਚ ਹੋਏਗਾ, ਜਿਨ੍ਹਾਂ ਦੇ ਨਹੀਂ ਉੱਥੇ ਹੋਣਾ ਚਾਹੀਦਾ ਜ਼ਰੂਰ। ਅਰਥ ਗੁਰੂ ਗ੍ਰੰਥ ਸਾਹਿਬ ਦੇ ਵਿਚਾਰ ਨੇ ਬਹੁਤ ਜ਼ਰੂਰੀ ਨੇ, ਸਾਡੇ ਵਾਸਤੇ ਨਿਮਤ ਹੈ, ਬਖਸ਼ਿਸ਼ ਹੈ। ਅਸੀਂ ਤਾਂ ਇਹ ਨਹੀਂ ਪਤਾ ਕਿ ਅਸੀਂ ਜਪਜੀ ਸਾਹਿਬ ਜਦੋਂ ਪੜ੍ਹਦੇ ਹਾਂ, ਜਪਜੀ ਸਾਹਿਬ ਦੀ ਪਹਿਲੀ ਪੌੜੀ ਆਰੰਭ ਹੋਈ ਜਦੋਂ ਮੂਲ ਮੰਤਰ ਤੋਂ ਬਾਅਦ, ਜਦੋਂ ਅਸੀਂ ਚੱਲਦੇ ਹਾਂ ਆਦਿ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕੋ ਸੀ ਭੀ ਸੱਚ, ਸੋਚੇ ਸੋਚ ਨਾ ਹੋਵੇਈ ਜੇ ਸੋਚੀ ਲਖਵਾਰ। ਅਤੇ ਮੈਂ ਇੱਕ ਵਾਰ ਸੰਗਤ ਦੇ ਵਿੱਚ ਬੈਠਾ ਅਤੇ ਇੱਕ ਵਿਦਵਾਨ ਅਰਥ ਕਰ ਰਿਹਾ ਸੀ, ਮੈਂ ਉੱਥੇ ਬੈਠਾ ਵਿਚਾਰ ਕਰ ਰਿਹਾ ਸੀ ਕਿ ਕੀ ਇਹਨੂੰ ਅਰਥਾਂ ਦਾ ਅਨਰਥ ਨਹੀਂ ਕਰ ਰਿਹਾ ਹੈ। ਕੀ ਕਹਿ ਰਹੇ ਸੀ? ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ, ਸੋਚਣ ਨਾਲ ਕੁਝ ਨਹੀਂ ਹੁੰਦਾ, ਲੱਖਾਂ ਵਾਰ ਸੋਚੀ ਜਾਓ ਉਹ ਭਲਿਆ ਰੋਕਾ। ਗੁਰੂ ਸਾਹਿਬ ਤਾਂ ਕਹਿੰਦੇ ਕਿ ਸੋਚ ਵਿਚਾਰ ਕੇ ਚੱਲਣਾ, ਬਈ ਇਹ ਪੜ੍ਹਿਆ ਵਾਸ, ਸੋਚਣਾ ਵਿਚਾਰਨਾ ਫਿਰ ਉਸ ਨੂੰ ਲਾਗੂ ਕਰਨਾ, ਇਹ ਅਰਥ ਕਿੱਧਰ ਨੂੰ ਜਾ ਰਹੇ ਨੇ? ਸਾਡਿਆਂ 'ਚੋਂ ਵੀ ਬਹੁਤਿਆਂ ਨੂੰ ਇਹੀ ਹੋਣਾ, ਸੋਚੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਸੋਚਣ ਦਾ ਕੋਈ ਫਾਇਦਾ ਨਹੀਂ। ਗੁਰੂ ਸਾਹਿਬ ਤਾਂ ਕਦਮ ਕਦਮ 'ਤੇ ਕਹਿੰਦੇ ਨੇ ਸੋਚੋ ਵਿਚਾਰੋ, ਰਹਾਓ ਦਾ ਮਤਲਬ ਕੀ ਹੈ? ਰੁਕੋ, ਰਹੋ, ਵਿਚਾਰ। ਭੱਜਿਆ ਨਹੀਂ ਜਾਣਾ ਕਿ ਮੈਂ ਤੇਜ਼ੀ ਨਾਲ ਅੱਜ ਇੰਨਾ ਪਾਠ ਕਰਦੇ ਹਾਂ, ਇੱਕ ਪੰਗਤੀ ਹੀ ਰੋਕ ਲੈਂਦੀ ਹੈ। ਭਾਈ ਸਾਹਿਬ ਕਹਿੰਦੇ ਮੈਂ ਇੱਕ ਇੱਕ ਸ਼ਬਦ, ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਮੈਂ ਉਸਦਾ ਘੰਟਿਆਂ ਵਧੀ ਅਧਿਐਨ ਕਰਦਾ ਰਹਿੰਦਾ ਸੀ। ਸੌਚ ਸ਼ਬਦ ਸੰਸਕ੍ਰਿਤ ਦਾ ਹੈ। ਅਸੀਂ ਆਮ ਕਰਕੇ ਦੇਖਦੇ ਹਾਂ ਦੇਸ਼ ਵਿੱਚ ਵੀ ਜਦੋਂ ਕਿਤੇ ਜਾਂਦੇ ਹਾਂ ਸ਼ੌਚਾਲਿਆ ਲਿਖਿਆ ਹੁੰਦਾ। ਸ਼ੌਚ ਦਾ ਮਤਲਬ ਹੈ ਸੁਚਮਤਾ। ਜਿਹੜੀ ਸੁਚਮਤਾ ਦੀ ਤੂੰ ਗੱਲ ਕਰਦਾ ਹੈ, ਮੈਂ ਆਪਣੀ ਸੁਚਮਤਾ ਕਾਇਮ ਕਰਨ ਲਈ ਬਾਹਰੋਂ ਸੁੱਚਾ ਹੋ ਜਾ, ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭੋ ਨੱਥੀ ਨਾਤਿਆਂ ਦੋਇਸ ਭੋ ਚੜੀਏ ਚੜੀਏ ਹੋਰ, ਬਾਹਰ ਧੋਤੀ ਤੂੰ ਅੰਦਰ ਵਿਸਨ ਕੋਰ, ਸਾਧ ਭਲੇ ਅਣ ਨਾਤਿਆਂ ਚੋਰ ਸੇ ਚੋਰਾ ਚੋਰ। ਇਹ ਸੁਚਮਤਾ ਨਹੀਂ, ਇਹ ਲੱਖਾਂ ਵਾਰ ਕਰ ਲਾ, ਜੇ ਤੇਰਾ ਹਿਰਦਾ ਸੁੱਚਾ ਨਹੀਂ ਹੋਇਆ ਤਾਂ ਇਹ ਬਾਹਰਲੀ ਸੁਚਮਤਾ ਅਰਥ ਨਹੀਂ ਰੱਖਦੀ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਦੀ ਗੱਲ ਚੱਲਦੀ ਹੈ ਤਾਂ ਅਸੀਂ ਜਿੰਨਾ ਚਿਰ ਅਰਥ ਵਿਚਾਰ ਨਹੀਂ ਨਾ ਕਰਦੇ, ਬਹੁਤ ਸ਼ਬਦਾਂ ਦੇ ਸਟੇਜਾਂ ਤੋਂ ਅਰਥਾਂ ਦੇ ਅਨਰਥ ਹੋ ਜਾਂਦੇ ਨੇ। ਹਰ ਕੋਈ ਆਪਣੇ ਧੜੇ ਆਪਣੀ ਸੰਪਰਦਾ ਦੇ ਮੁਤਾਬਕ ਅਰਥ ਬਦਲ ਦਿੰਦਾ, ਪਰ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਜੀਵਨ ਦੇ ਵਿੱਚ ਇਹ ਬਹੁਤ ਵੱਡੀ ਘਾਲਣਾ ਕੀਤੀ। ਅਖੀਰ ਤੱਕ ਉਹਨਾਂ ਨੇ ਜੋ ਸੇਵਾ ਕੀਤੀ, 30 ਪੰਜਾਬੀ ਦੀਆਂ ਪੁਸਤਕਾਂ ਲਿਖੀਆਂ, ਜੀਵਨ ਭਰ ਇਹ ਪ੍ਰਚਾਰ ਕੀਤਾ। ਗੁਰਮਤਿ ਕਾਲਜ, ਚਾਹੇ ਪਟਿਆਲਾ ਸੀ, ਚਾਹੇ ਅੰਮ੍ਰਿਤਸਰ ਸੀ, ਚਾਹੇ ਖਾਲਸਾ ਕਾਲਜ ਸੀ, ਗੁਜਰਾਂਵਾਲਾ ਸੀ, ਜਾਂ ਜਿੱਥੇ ਵੀ ਜਾਂਦੇ ਸਨ, ਉਹਨਾਂ ਦੀਆਂ ਕਿਤਾਬਾਂ, ਗੁਰਬਾਣੀ, ਵਿਆਕਰਨ, ਫਿਰ ਉਹਨਾਂ ਨੇ ਉਹਨਾਂ ਦੀ ਜੀਵਨੀ ਜਿਹੜੀ ਹੈ, ਮੇਰੀ ਜੀਵਨ ਕਹਾਣੀ, ਉਹ ਪੜ੍ਹਨ ਯੋਗ ਹੈ। ਉਹਨਾਂ ਦੀ ਰਚਨਾ ਧਾਰਮਿਕ ਲੇਖ, ਗੁਰਮਤਿ ਪ੍ਰਕਾਸ਼, ਪੰਜਾਬੀ ਸੋਝ ਪ੍ਰਕਾਸ਼, ਕਿੰਨੀਆਂ ਹੀ ਕਿਤਾਬਾਂ ਨੇ। ਮੈਂ ਅਖੀਰ 'ਚ ਇੱਕੋ ਹੀ ਬੇਨਤੀ ਕਰਾਂਗਾ ਕਿ ਸਾਧ ਸੰਗਤ ਜੀ, ਇੱਕ ਉਹ ਵਿਦਵਾਨ ਜਿਹਨੇ ਜੀਵਨ ਲਾ ਦਿੱਤਾ ਅਤੇ ਪੀੜ੍ਹੀਆਂ 'ਚ ਵੀ ਵਿਦਵਤਾ ਪੰਜਾਬੀ ਜ਼ਬਾਨ ਦੀ ਸੌਂਪੀ, ਆਪ ਜੀ ਦੀ ਜਾਣਕਾਰੀ ਲਈ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਆਪਣੀ ਬੱਚੀ ਦਾ ਜਿੱਥੇ ਆਨੰਦ ਕਾਰਜ ਕੀਤਾ, ਉਹ ਸ਼ਖਸ ਕੌਣ ਸਨ? ਪੰਜਾਬੀ ਦਾ ਸਿਰਮੌਰ ਲਿਖਾਰੀ, ਜਿਸਨੇ ਪੰਜਾਬੀ ਜ਼ਬਾਨ ਦੇ ਲਈ ਇੰਨਾ ਸੰਘਰਸ਼ ਲੜਿਆ
ਜਿਸ ਨੂੰ ਅੱਜ ਚੇਤੇ ਨਹੀਂ ਕੀਤਾ ਜਾਂਦਾ, ਪ੍ਰੋਫੈਸਰ ਪ੍ਰੀਤਮ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ। ਕਦੇ ਪੜ੍ਹੋ, ਪੰਜਾਬੀ ਨਾਲ ਧਰੋਹ ਕਮਾਉਣ ਵਾਲਿਆਂ ਲਈ ਪ੍ਰੋਫੈਸਰ ਸਾਹਿਬ ਦੀਆਂ ਕਿੰਨੀਆਂ ਲਿਖਤਾਂ ਨੇ, ਉਹ ਉਹਨਾਂ ਦੇ ਦਿਮਾਗ ਸਨ। ਆਪਣੇ ਪਰਿਵਾਰ ਦੇ ਵਿੱਚ ਡਾਕਟਰ ਦਲਜੀਤ ਸਿੰਘ ਇੱਕ ਐਸਾ ਵਿਅਕਤੀ ਹੋਇਆ ਜਿਹੜਾ ਅੱਖਾਂ ਦਾ ਉਹ ਡਾਕਟਰ 50ਵਿਆਂ ਤੋਂ ਲੈ ਕੇ ਅੱਧੀ ਸਦੀ ਅੰਮ੍ਰਿਤਸਰ ਦੇ ਡਾਕਟਰ ਦਲਜੀਤ ਸਿੰਘ ਦਾ ਹਰ ਕੋਈ ਨਾਂ ਜਾਣਦਾ ਹੋਵੇਗਾ, ਉਹ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਦੇ ਸਪੂਤ ਸਨ। ਉਹਨਾਂ ਦੀ ਸੱਚ ਦੀ ਭਾਲ 'ਤੇ ਕਈ ਕਿਤਾਬਾਂ ਐਸੀਆਂ ਨੇ ਜਿਹੜੀਆਂ ਕੌਮਾਂਤਰੀ ਪੱਧਰ ਦੀਆਂ ਨੇ। ਇਹ ਆਪਣੇ ਪਰਿਵਾਰ 'ਚ ਅਗਾਂਹ ਡਾਕਟਰ ਹਰਸ਼ਿੰਦਰ ਕੌਰ ਵਰਗੇ, ਜਿਹੜੇ ਕਿ ਪ੍ਰੋਫੈਸਰ ਪ੍ਰੀਤਮ ਸਿੰਘ ਦੀ ਪੁੱਤਰੀ ਹੈ, ਉਸ ਦੇ ਭਰਾ ਜਿਹੜੇ ਪੰਜਾਬੀ ਯੂਨੀਵਰਸਿਟੀ, ਕੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ, ਕੋਈ ਵਾਈਸ ਚਾਂਸਲਰ, ਕੋਈ ਹੋਰ, ਇਹ ਸਾਰੀ ਐਜੂਕੇਸ਼ਨ ਦੀ ਮੈਂ ਗੱਲ ਤਾਂ ਕਰ ਰਿਹਾ, ਇਹ ਸਾਰੀ ਦੇਣ ਪ੍ਰੋਫੈਸਰ ਸਾਹਿਬ ਸਿੰਘ ਦੀ ਹੈ। ਪਹਿਲੀ ਬੇਨਤੀ ਇਹ ਹੈ ਕਿ ਆਓ ਅਸੀਂ ਗੁਰਬਾਣੀ ਦਰਪਣ, ਇਹ ਅੱਜ ਸਾਡਾ ਦਿਨ ਮਨਾਇਆ ਤਾਂ ਸਫਲ ਹੈ, ਘਰਾਂ ਦੇ ਵਿੱਚ ਰੱਖ ਕੇ ਪੜ੍ਹੀਏ, ਅਰਥ ਵਿਚਾਰੀਏ। ਦੂਜੀ ਗੱਲ, ਕੈਨੇਡਾ ਦੀ ਧਰਤੀ 'ਤੇ ਬੈਠੇ ਹਾਂ, ਮਾਂ ਬੋਲੀ ਦਿਹਾੜਾ ਵੀ ਆਉਣ ਦੇ ਦਿਨਾਂ 'ਚ ਆਉਣਾ, ਹਰ ਕੋਈ ਜ਼ੁਬਾਨ ਅਤੇ ਪਛਾਣ ਨੂੰ ਸਾਂਭੇ। ਇਹਨਾਂ ਦਿਨਾਂ 'ਚ ਕਿਸਾਨ ਸੰਘਰਸ਼ ਚੱਲ ਰਿਹਾ, ਉਹ ਵੀ ਸੰਘਰਸ਼ ਇਕੱਲਾ ਫਸਲਾਂ ਦਾ ਨਹੀਂ, ਫਸਲਾਂ ਦਾ ਵੀ ਹੈ, ਨਸਲਾਂ ਦਾ ਵੀ ਹੈ, ਬਾਣੇ ਦਾ ਵੀ ਹੈ, ਬਾਣੀ ਦਾ ਵੀ ਹੈ, ਜ਼ੁਬਾਨ ਦਾ ਵੀ ਹੈ, ਪਛਾਣ ਦਾ ਵੀ ਹੈ, ਚੂੜੇ ਦਾ ਵੀ ਹੈ, ਊੜੇ ਦਾ ਵੀ ਹੈ। ਕਦੇ ਇਹਨਾਂ ਨੁਕਤਿਆਂ ਨੂੰ ਵਿਚਾਰੋ ਤਾਂ ਸਹੀ। ਆ ਸਟੇਜਾਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠ ਕੇ ਉਹਨਾਂ ਦੀ ਛਤਰ ਛਾਇਆ 'ਚ ਇਹਨਾਂ ਗੱਲਾਂ ਨੂੰ ਵਿਚਾਰੀਏ ਤਾਂ ਸਾਡਾ ਜੀਵਨ ਸਫਲਾ ਹੋਏਗਾ। ਅਖੀਰ 'ਚ ਇੱਕੋ ਹੀ ਬੇਨਤੀ ਕਿ ਕੋਟਾਨ ਕੋਟ ਧੰਨਵਾਦ ਡਾਕਟਰ ਸਾਹਿਬ ਸਿੰਘ ਜੀ ਵਰਗੇ ਇਹਨਾਂ ਵਿਦਵਾਨਾਂ ਦਾ, ਜਿਨ੍ਹਾਂ ਨੇ ਸਾਡੇ ਲਈ ਇਹ ਸਰਲੀਕਰਨ ਕੀਤਾ, ਅਤੇ ਇਹਨਾਂ ਵਿਦਵਾਨਾਂ ਦੀਆਂ ਰਚਨਾਵਾਂ ਨੂੰ ਪੜ੍ਹੀਏ, ਫੈਲਾਈਏ, ਜ਼ੁਬਾਨ ਨਾਲ ਜੁੜੀਏ। ਗੁਰੂ ਕਿਰਪਾ ਕਰੇ ਸਾਡਾ ਜੀਵਨ ਸਫਲਾ ਹੋਵੇ, ਲੋਕ ਸੁਖੀਏ, ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੁਣ ਹੋਈਆਂ ਗੁਰਸਾਖੀਆਂ ਦੀ ਖਿਮਾ, ਹਾਰਦਿਕ ਧੰਨਵਾਦ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਸਰੀ ਡੈਲਟਾ, ਕੇਂਦਰੀ ਪੰਥਕ ਸਟੇਜ, ਜਿੱਥੇ ਕੌਮ ਦੀ ਗੱਲ ਚੱਲਦੀ ਹੈ, ਜਿੱਥੇ ਪੰਥ ਦੀ ਗੱਲ ਚੱਲਦੀ ਹੈ, ਉੱਥੇ ਵਿਦਵਤਾ ਦੀ ਗੱਲ ਵੀ ਚੱਲਦੀ ਹੈ, ਜ਼ੁਬਾਨ ਦੀ ਗੱਲ ਵੀ ਚੱਲਦੀ ਹੈ, ਕਿਸਾਨ ਦੀ ਗੱਲ ਵੀ ਚੱਲਦੀ ਹੈ, ਫਸਲਾਂ ਦੀ ਗੱਲ ਵੀ ਚੱਲਦੀ ਹੈ, ਨਸਲਾਂ ਦੀ ਗੱਲ ਵੀ ਚੱਲਦੀ ਹੈ। ਅੱਜ ਜਦੋਂ ਕਿਸਾਨ ਸੰਘਰਸ਼ ਚੱਲ ਰਿਹਾ, ਐਸੇ ਮੌਕੇ 'ਤੇ 2 ਵਰੇ ਪਹਿਲਾਂ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਉਸਦੀ ਅਗਵਾਈ ਕਰਿਆ ਕਰਦੇ ਸਨ। ਇੱਥੇ ਸੜਕ 'ਤੇ ਮੂਹਰੇ ਭਾਈ ਹਰਦੀਪ ਸਿੰਘ ਜੀ ਹੁੰਦੇ ਸਨ, ਨਾਲ ਉਹਨਾਂ ਦੇ ਸਾਰੇ। ਅੱਜ ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਉਸੇ ਸੋਚ ਨੂੰ ਅੱਗੇ ਲੈ ਕੇ ਚੱਲੀਏ। ਆਪ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।